स्वागत है किसान वीरों तुहाडा यूट्यूब चैनल सिदक डेयरी फार्मिंग दे विच। किसान वीरों अज जिहड़ी वीडियो बना रहे हैं पिंड ताजपुर तहसील नूं रायकोट ते जिला लुधियाना पैंदा है। इस घर दीआं दोस्तों बहुत सारीआं वीडियो चैनल उत्ते अपलोड है। व्यापार दा कम पिछले एक दो हफ्तों तो वीडियो घट आई है, नहीं तो इन्हां दे एक हफ्ते की एक कई बार हफ्ते दे विच दो वीडियो भी दोस्तों चैनल उत्ते आउंदियां रहीआं। पशु बाई कोल आउंदे आ उदू बाद च गाहक भी इत्थे चंगा पैंदा उहदे करके सेल हो जांदे आ। दोस्तों वीडियो नूं शुरू करदे आ, अज दी वीडियो दे विच तुहानूं इक तोकड़ गां ते इक सज्जर ताजी सूई भी झोटी दिखाउणी है। दोनों बारे डिटेल च बाई जोरां नाल गलबात करांगे, रेट पुछांगे, नाले दोस्तों तुहानूं पशु जिहड़े आ तोर के भी दिखावांगे। आओ वीडियो नूं अग्गे शुरू करदे आ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੀ ਬਾਈ? ਰਮਨਦੀਪ ਸਿੰਘ ਜੀ। ਰਮਨਦੀਪ ਸਿੰਘ, ਵਪਾਰ ਦਾ ਕੰਮ ਆਪਣਾ? ਵਪਾਰ ਦਾ ਜੀ। ਠੀਕ ਹੈ। ਵੀਡੀਓ ਇਹ ਕੀ ਲੇਟ ਬਣਾਉਣ ਲੱਗੇ ਆ? ਉਹ ਘਰ ਚ ਬੀਜੀ ਸੀ ਥੋੜੇ ਜੀ। ਅੱਛਾ, ਘਰ ਤੇ ਮਿਸਤਰੀ ਲੱਗਾ ਹੋਇਆ? ਠੀਕ ਹੈ ਦੋਸਤੋ, ਦੇਖ ਸਕਦੇ ਆ ਮਿਸਤਰੀ ਬਾਈ ਨੇ ਲਾਇਆ ਹੋਇਆ, ਉਹਦੇ ਕਰਕੇ ਥੋੜਾ ਜਿਹਾ ਪਸ਼ੂ ਜਿਹੜੇ ਘੱਟ ਆਏ ਆ। ਠੀਕ ਹੈ। ਅੱਛਾ, ਅੱਜ ਜਿਹੜੀ ਵੀਡੀਓ ਬਣਾ ਰਹੇ ਆ ਚ ਪਹਿਲੇ ਨੰਬਰ ਤੇ ਜਿਹੜੀ ਗਾਂ, ਇਹਦੇ ਬਾਰੇ ਦੱਸੀ ਕਦੋਂ ਕਦੀ ਸੂਈ ਇਹ? ਸੂਈ ਦਾ ਆਪਣੀ ਲਿਆਂਦੀ ਆਪਾਂ ਕਹਿ ਨੀ ਸਕਦੇ। ਅੱਛਾ, ਤੇ ਪਰਸੋਂ ਆਈ ਸੀ ਮੇਰੇ ਕੋਲ, ਮੈਂ ਕੱਲ ਇਹਦੇ ਟੀਕਾ ਲਵਾਤਾ ਗੱਭਣ ਵਾਲਾ ਲਵਾਤਾ। ਹਾਂਜੀ ਠੀਕ ਹੈ। ਕਿੰਨਾ ਦੁੱਧ ਦੁੱਧ ਹੋਣੇ? ਦੁੱਧ ਵੀਰੇ 7 ਤੋਂ ਬਾਹਰ, 8 ਤੋਂ ਥੋੜਾ ਘੱਟ ਆ ਦੋਨਾਂ ਟਾਈਮਾਂ ਦਾ। ਹਾਂਜੀ ਦੋਨਾਂ ਟਾਈਮਾਂ ਦਾ ਜੀ। ਠੀਕ ਹੈ। ਤੇ ਰੇਟ ਇਹਦਾ ਕੀ ਕਰਦੇ? ਰੇਟ ਵੀ 13,000 ਰੁਪਿਆ। 13,000 ਰੇਟ ਹੈ। 7 ਕਿਲੋ ਤੋਂ ਥੋੜਾ ਬਹੁਤ ਵੱਧ ਦੁੱਧ ਹੋਊਗਾ। ਟੀਕਾ ਹਜੇ ਕੱਲ ਪਰਸੋਂ ਹੀ ਭਰਾਇਆ? ਹਾਂਜੀ ਕੱਲ ਭਰਾਇਆ। ਕੱਲ ਹੀ ਭਰਾਇਆ? ਹਾਂਜੀ। ਠੀਕ ਹੈ ਦੋਸਤੋ, ਵੇਖ ਸਕਦੇ ਹੋ ਤੁਸੀਂ ਗਾਂ ਖੋਲੀ ਬਈ ਤੋਰੀਆਂ ਨੂੰ। ਦੋਸਤੋ ਗਾਂ ਤੁਹਾਨੂੰ ਦਿਖਾ ਦਿੰਦੇ ਆ ਤੋਰ ਕੇ ਵੀ, ਸਸਤੇ ਭਾਅ ਦੀ ਗਾਂ ਦੋਸਤੋ। 7 ਕਿਲੋ ਤੋਂ ਉੱਤੇ ਦੁੱਧ ਹੈਗਾ, 7 ਕਿਲੋ ਮੰਨ ਲਓ ਦੋਵਾਂ ਟਾਈਮਾਂ ਦਾ। ਟੀਕਾ ਕੱਲ ਹੀ ਭਰਾਇਆ। ਬਾਕੀ ਦੋਸਤੋ ਇਹਨੂੰ ਤੁਸੀਂ ਖਾਲੀ ਮੰਨ ਕੇ ਬਾਈ ਜੀ ਹੋਰਾਂ ਨਾਲ ਕੰਟੈਕਟ ਕਰ ਸਕਦੇ ਆ। 13,000 ਰੇਟ ਹੈ। ਸੌਦਾ ਅੱਗੇ ਤੁਹਾਡਾ ਦੋਸਤੋ ਜਚੇ ਤੇ ਹੋ ਜੂਗਾ, ਚੋ ਕੇ ਦੇਖ ਲਿਓ, ਆਪਦੀ ਤਸੱਲੀ ਕਰ ਲਿਓ। ਬਾਕੀ ਜੋ ਚੀਜ਼ ਆ ਦੋਸਤੋ ਉਹ ਤੁਹਾਨੂੰ ਦਿਖਾਤੀ ਹੈ। ਇਸ ਟਾਈਮ ਜਿਹੜੀ ਇਹਦੀ ਕੰਡੀਸ਼ਨ ਹੈ ਜਿਵੇਂ ਹੈਗੀ ਆ ਉਹ ਤੁਹਾਨੂੰ ਦੋਸਤੋ ਦੱਸਤੀ ਹੈ ਬਾਈ ਨੇ। ਇਦੋਂ ਅੱਗੇ ਇੱਕ ਤਾਜ਼ੀ ਸੂਈ ਵੀ ਝੋਟੀ ਹੈ, ਇਹਦੇ ਬਾਰੇ ਬਾਈ ਤੋਂ ਡਿਟੇਲ ਚ ਪੁੱਛਦੇ ਆ। ਇਹ ਝੋਟੀ ਕਿਨਵੇਂ ਸੂਏ ਸੂਈ ਹੈ? ਪਹਿਲੇ ਸੂਏ ਜੀ। ਪਹਿਲੇ ਸੂਏ ਸੂਈ ਹੈ? ਹਾਂਜੀ। ਠੀਕ ਹੈ। ਕਿੰਨੇ ਦਿਨਾਂ ਦੀ ਸੂਈ ਹੋ ਗਈ ਅੱਜ? ਇਹਨੂੰ 5 ਦਿਨ ਹੋ ਗਏ ਵੀਰੇ। 5-6 ਦਿਨ ਹੋਏ ਆ ਸੂਈ ਨੂੰ। ਦੁੱਧ ਕਿੰਨਾ? ਦੁੱਧ ਵੀਰੇ 10 ਕਿਲੋ ਹੈਗਾ ਸਹੀ ਦਾ, ਕੰਡੇ ਚਾੜਵਾਂ। ਕੰਡੇ ਚਾੜਵਾਂ 10 ਕਿਲੋ ਤੋਲ ਕੇ ਲੈ ਸਕਦਾ? ਤੋਲ ਕੇ ਲੈ ਸਕਦੇ। ਠੀਕ ਹੈ। ਰੇਟ ਇਹਦਾ ਕੀ ਕਰਦੇ? ਰੇਟ ਵੀਰੇ 76,000 ਰੁਪਿਆ। 76,000 ਰੇਟ ਹੈ। ਤੇ ਦੰਦੋ ਕਿਵੇਂ ਇਹ? 6 ਦੰਦ ਆ ਜੀ। 6 ਦੰਦ ਆ। ਖੋਲ ਲਈ ਇਹਨੂੰ ਦੋਸਤੋ। ਪਹਿਲੇ ਸੂਏ ਸੂਈ 6 ਦੰਦ ਝੋਟੀ, 6-7 ਦਿਨਾਂ ਦੀ ਸੂਈ ਆ, ਮਗਰ ਕੱਟਾ ਸਾਹਮਣੇ ਤੁਸੀਂ ਦੇਖ ਸਕਦੇ ਆ। 10 ਕਿਲੋ ਦੁੱਧ ਦੋਸਤੋ ਕੰਡੇ ਤੇ ਤੋਲ ਕੇ ਭਾਵੇਂ ਲੈ ਲਓ। ਸਿੰਘ ਮੂੰਹ ਮੱਥੇ ਦੀ ਬਹੁਤ ਸੋਹਣੀ ਹੈ। ਬਾਕੀ ਉੱਚਾ ਲੰਬਾ ਕੱਦ ਹੈ। ਹਵਾਨਾ ਦੋਸਤੋ ਇਹਦਾ ਤੁਸੀਂ ਦੇਖ ਸਕਦੇ ਆ, ਇਹ ਬੰਦ ਹਵਾਨਿਆਂ ਚ ਆਉਂਦੀ ਹੈ ਦੋਸਤੋ। ਦੁੱਧ ਜਿਹੜਾ ਆਮ ਤੌਰ ਤੇ ਇਹਨਾਂ ਹਵਾਨਿਆਂ ਦੇ ਵਿੱਚੋਂ ਚੰਗਾ ਨਿਕਲਦਾ ਹੈ। ਬਾਕੀ ਜਿਹੜਾ ਸੂਏ ਸਵਾਏ ਪਸ਼ੂ ਦਾ ਦੁੱਧ ਦੋਸਤੋ ਜਿੰਨਾ ਦੱਸਿਆ ਜਾਂਦਾ ਉਹਨਾਂ ਤੁਸੀਂ ਚੋ ਕੇ ਦੇਖ ਲੈਣਾ। ਥਣਾਂ 'ਚ ਬਿੱਥੀ ਚੰਗੀ ਹੈ। ਬਾਕੀ ਹਵਾਨਾ ਦੋਸਤੋ ਜਿੱਦਾਂ ਦਾ ਹੈਗਾ ਉਹ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾ ਰਿਹਾ। ਬਾਕੀ ਇਸੇ ਵੀਡੀਓ 'ਚ ਦੋਸਤੋ ਇਸੇ ਮੱਝ ਦਾ ਜਿਹੜਾ ਪਸਮਾ ਵੀ ਤੁਹਾਨੂੰ ਦਿਖਾ ਦੇਣਾ, ਧਾਰਾਂ ਵੀ ਦੋਸਤੋ ਦਿਖਾ ਦਿਆਂਗੇ ਵੀ ਕਿੱਦਾਂ ਦੀਆਂ ਨਿਕਲਦੀਆਂ। 76,000 ਰੇਟ ਹੈ। ਮੌਕੇ 'ਤੇ ਥੋੜ੍ਹਾ ਬਹੁਤ ਮਾਨ ਤਾਨ ਬਾਈ ਜੋਰੀ ਇਹਦੇ 'ਚੋਂ ਜ਼ਰੂਰ ਕਰਨਗੇ। ਕੱਟਾ ਮਗਰ ਹੈ ਦੋਸਤੋ। ਬਾਕੀ ਇਹ ਪਸਮਾ ਕੇ ਤੁਹਾਨੂੰ ਦੋਸਤੋ ਝੋਟੀ ਇਹਦੇ ਥਣਾਂ ਦੇ ਵਿੱਚੋਂ ਧਾਰਾਂ ਵੀ ਦਿਖਾ ਦੇਣੀਆਂ। ਦੁੱਧ 10 ਕਿਲੋ ਦੱਸਿਆ, ਚੋ ਕੇ ਦੇਖ ਲਿਓ, ਆ ਕੇ ਆਪਦੀ ਦੋਸਤੋ ਤਸੱਲੀ ਦੇ ਨਾਲ ਤੁਸੀਂ ਸੌਦਾ ਕਰ ਸਕਦੇ ਹੋ। ਦੋਸਤੋ ਪਸਮਾ ਝੋਟੀ ਦੇ ਥਣਾਂ ਦਾ ਤੁਸੀਂ ਦੇਖ ਸਕਦੇ ਆ, ਚਾਰੇ ਥਣ ਨਿਖੜਵੇਂ ਆ, ਸੋਹਣਾ ਪਸਮਾ ਕੱਢਦੀ ਹੈ। ਮਾਰਦੇ ਧਾਰਾਂ ਬਈ। ਅਗਲੇ ਥਣਾਂ 'ਚ ਦੋਸਤੋ ਧਾਰਾਂ ਦੇਖ ਲਓ, ਪਿਛਲੇ ਥਣਾਂ 'ਚੋਂ ਵੀ ਧਾਰਾਂ ਬਾਈ ਮਾਰ ਦੂਗਾ, ਮਾਰੀ ਪਿਛਲੇ ਥਣਾਂ 'ਚੋਂ। ਇਹ ਦੋਸਤੋ ਪਿਛਲੇ ਥਣਾਂ ਦੇ ਵਿੱਚੋਂ ਧਾਰ ਆਉਂਦੀ। ਸੋ ਦੋਸਤੋ ਇਹ ਝੋਟੀ ਜਿਹੜੀ ਹੈ ਵੈਸੇ ਠੰਡੀ ਸੀਲ ਆ ਦੋਸਤੋ, ਦੋਨੇ ਪਾਸੇ ਬਹਿ ਕੇ ਬਾਈ ਜੀ ਹੋਰੀ ਵੀ ਇਹਨੂੰ ਚੋਂਦੇ ਆ, ਉਹ ਤੁਹਾਡੇ ਸਾਹਮਣੇ ਆ। ਸੋ ਜਿਹੜੇ ਵੀਰ ਦੇ ਝੋਟੀ ਪਸੰਦ ਆਉਂਦੀ ਹੈ ਜਾਂ ਇਹ ਗਾਂ ਦੀ ਲੋੜ ਆ ਦੋਸਤੋ, ਤਾਂ ਤੁਸੀਂ ਬਾਈ ਜੀ ਹੋਰਾਂ ਨਾਲ ਕੰਟੈਕਟ ਕਰ ਸਕਦੇ ਆ। ਨੰਬਰ ਇਹਨਾਂ ਦਾ ਸਕਰੀਨ ਉੱਤੇ ਚੱਲੀ ਜਾਂਦਾ, ਇਸ ਨੰਬਰ ਉੱਤੇ ਕਾਲ ਦੋਸਤੋ ਜਦੋਂ ਮਰਜ਼ੀ ਕਰ ਸਕਦੇ।